ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾਵਾਂ, ਮੇਰੇ ਵੱਡੇ ਬਜ਼ੁਰਗ ਅਤੇ ਮੇਰੇ ਭਰਾ, ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ। ਅਤੇ ਅੱਜ ਆਪਾਂ ਤੁਹਾਡੇ ਖਾਤਰ ਵੀਡੀਓ ਜਿਹੜੀ ਲੈ ਕੇ ਪਹੁੰਚੇ ਹਾਂ, ਅੱਜ ਵੀਡੀਓ 'ਚ ਰੇਟ ਤੁਹਾਨੂੰ ਸਿਰਫ 1.5 ਲੱਖ ਰੁਪਇਆ ਮਿਲੂਗਾ। ਮੌਕੇ 'ਤੇ ਘਾਟਾ ਵਾਧਾ ਹੋਊਗਾ ਜ਼ਰੂਰ। ਮਕਾਨ ਬਹੁਤ ਵਧੀਆ ਬਣਿਆ ਹੋਇਆ ਅਤੇ ਕੋਠੀ ਟਾਈਪ ਬਣਿਆ ਹੋਇਆ। ਸਾਰੀ ਆਪਾਂ ਗੱਲ ਕਰਦੇ ਹਾਂ ਅਤੇ ਕਿਸੇ ਨੇ 'ਚ ਐਡ ਕਰਵਾਉਣੀ ਹੈ ਜੀ, ਤੁਹਾਡੇ ਕੋਲ ਕੋਠੀ ਆ, ਮਕਾਨ ਹੈ, ਘਰ ਕਿਸੇ ਵੀ ਏਰੀਏ 'ਚੋਂ ਤੁਸੀਂ ਦੇਖ ਰਹੇ ਹੋ, ਆਪਣੇ ਕੋਲੋਂ ਐਡ ਤੁਸੀਂ ਕਰਵਾ ਸਕਦੇ ਹੋ ਫਰੀ 'ਚ। ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ, 7380026173। ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ, 5 ਤੋਂ 7 ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ। ਅੱਜ ਆਪਣੇ ਕੋਲ ਜਿਹੜਾ ਮਕਾਨ ਪਹੁੰਚਿਆ, ਇਹਦੀ ਡਿਮਾਂਡ ਆਪਣੇ ਕੋਲ 1.5 ਲੱਖ ਰੁਪਇਆ ਪਹੁੰਚੀ ਹੈ। ਮਾਲਕ ਨਾਲ ਮੇਰੀ ਪੂਰੀ ਗੱਲ ਹੋਈ, ਉਹਨਾਂ ਨੇ ਕਿਹਾ ਰੇਟ ਆ ਜਿਹੜਾ ਫਿਕਸ ਨਹੀਂ ਹੈਗਾ, ਐਡਜਸਟਮੈਂਟ ਹੋ ਜੂਗਾ, ਮੌਕੇ 'ਤੇ ਘਾਟਾ ਵਾਧਾ ਹੋ ਜੂਗਾ, ਟੈਨਸ਼ਨ ਨਾ ਲਿਓ। 1.5 ਲੱਖ ਰੁਪਇਆ ਇੱਕ ਵਾਰੀ ਸਿਰਫ ਡਿਮਾਂਡ ਹੈ। ਅਤੇ ਗੱਲਬਾਤ ਆਪਾਂ ਪੂਰੀ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਜਿੱਥੇ ਆਹ ਮਕਾਨ ਬਣਿਆ ਹੋਇਆ, ਜਿਹੜੀ ਗਲੀ 'ਚ ਬਣਿਆ ਹੋਇਆ, ਗਲੀ ਤਾਂ ਬਹੁਤ ਖੁੱਲੀ ਡੁੱਲੀ ਹੈ ਅਤੇ ਗਲੀ ਦੇ ਜਮ੍ਹਾਂ ਲਾਸਟ ਦੇ ਵਿੱਚ ਆਹ ਮਕਾਨ ਬਣਿਆ ਹੋਇਆ, ਲਾਸਟ ਦੇ ਵਿੱਚ ਇਹਨਾਂ ਦਾ ਮਕਾਨ ਹੀ ਹੈ। ਅਤੇ ਇਹਨਾਂ ਦੇ ਮਕਾਨ ਕੋਲ ਆ ਕੇ ਜਿਹੜੀ ਗਲੀ ਹੈ ਖਤਮ ਹੋ ਜਾਂਦੀ ਹੈ ਜੀ। ਮਕਾਨ ਵਧੀਆ ਬਣਿਆ ਹੋਇਆ, ਅੰਦਰ ਗੱਡੀ ਤਾਂ ਨਹੀਂ ਜਾਂਦੀ ਜੀ, ਪਰ ਮੋਟਰਸਾਈਕਲ, ਸਕੂਟਰੀ, ਇਹ ਚੀਜ਼ਾਂ ਅੰਦਰ ਖੜ੍ਹ ਜਾਂਦੀਆਂ। ਵਿਹੜਾ ਵੀ ਆਪਾਂ ਨੂੰ ਕਾਫੀ ਖੁੱਲ੍ਹਾ ਡੁੱਲਾ ਲੰਮਾ ਚੌੜਾ ਮਿਲ ਜੂਗਾ। ਹੁਣ ਆਪਾਂ ਲੋਬੀ ਦੇ ਅੰਦਰ ਖੜ੍ਹੇ ਹਾਂ, ਲੋਬੀ ਵੀ ਵਧੀਆ ਮਿਲ ਜੂਗੀ ਅਤੇ ਵਧੀਆ ਆਪਾਂ ਨੂੰ ਕਮਰੇ ਮਿਲ ਜਾਣਗੇ। ਬੈਡਰੂਮ ਜਿਵੇਂ ਕਿ ਤੁਸੀਂ ਦੇਖ ਰਹੇ ਹੋ, 2 ਕਮਰੇ ਆਪਾਂ ਨੂੰ ਮਿਲ ਜਾਣਗੇ, ਪੂਰੇ ਖੁੱਲ੍ਹੇ ਡੁੱਲੇ ਇਹਨਾਂ ਨੇ ਕਮਰੇ ਪਾਏ ਹੋਏ ਨੇ। ਅਤੇ ਜਿਹੜਾ ਮਕਾਨ ਹੈ ਸਾਰਾ ਇਹਨਾਂ ਨੇ ਵਧੀਆ ਕੰਮ ਕਰਵਾ ਰੱਖਿਆ, ਜਿਵੇਂ ਲਾਈਟਿੰਗ ਦਾ ਸਾਰਾ ਕੰਮ ਹੋਇਆਗਾ, ਪਲਸਤਰ ਸਾਰਾ ਹੋਇਆ, ਨੀਚੇ ਫਰਸ਼ ਵੀ ਵਧੀਆ ਲਗਵਾ ਰੱਖਿਆ, ਨੀਚੇ ਟਾਈਲਾਂ ਜਾਂ ਪੱਥਰ ਤਾਂ ਨਹੀਂ ਲੱਗਿਆ ਹੋਇਆ, ਪਰ ਸਿਮੈਂਟਡ ਫਰਸ਼ ਇਹਨਾਂ ਨੇ ਲਗਵਾਇਆ ਹੋਇਆ, ਸਾਰੇ ਕਿਤੇ ਕਿਸੇ ਪਾਸੇ ਕੋਈ ਕੱਚਾ ਨਹੀਂ ਹੈਗਾ। ਅਤੇ ਬੈਕ ਸਾਈਡ ਆਪਾਂ ਨੂੰ ਇੱਕ ਬਾਥਰੂਮ ਮਿਲ ਜੂਗਾ, ਬਾਥਰੂਮ ਦਾ ਸਾਰਾ ਕੰਮ ਟੋਟਲ ਹੋਇਆ, ਅਤੇ ਇੱਕ ਪਾਸੇ ਆਪਾਂ ਨੂੰ ਮਿਲ ਜੂਗਾ ਕਿਚਨ, ਤੁਸੀਂ ਜਿਵੇਂ ਕਿ ਦੇਖ ਰਹੇ ਹੋ। ਅਤੇ ਰੇਟ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ, 1.5 ਲੱਖ ਰੁਪਇਆ ਪਹੁੰਚਿਆ ਆਪਣੇ ਕੋਲ, ਐਡਜਸਟਮੈਂਟ ਹੋ ਜੂਗਾ, ਗੱਲਬਾਤ ਬਣ ਜੀ, ਕੀ ਪਤਾ 11:30 'ਚ ਹੀ ਜਾਂ 12:00 'ਚ, ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ, ਉਹ ਤੁਹਾਨੂੰ ਜ਼ਿਆਦਾ ਦੱਸ ਦੇਣਗੇ। ਬਾਕੀ ਸਾਰਾ ਕੰਮ ਜਿਹੜਾ ਕਰਵਾ ਰੱਖਿਆ ਰੰਗ ਨੂੰ ਛੱਡ ਕੇ, ਇਕੱਲਾ ਰੰਗ ਨਹੀਂ ਹੋਇਆ, ਬਾਕੀ ਸਾਰਾ ਕੰਮ, ਪਲਸਤਰ, ਲਾਈਟਿੰਗ ਦਾ ਕੰਮ, ਪਾਣੀ ਦੀ ਸਪਲਾਈ, ਸਾਰਾ ਕੁਛ ਬਹੁਤ ਵਧੀਆ ਹੈਗਾ। ਬਾਥਰੂਮ ਬੂਥਰੂਮ ਬਹੁਤ ਵਧੀਆ ਬਣੇ ਹੋਏ ਨੇ, ਉੱਪਰੋਂ ਛੱਤ ਜਿਹੜੀ ਹੈਗੀ ਹੈ ਪੱਕੀ ਹੈ, ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ, ਗਲੀ ਇਹਨਾਂ ਨੂੰ ਵਧੀਆ ਲੱਗਦੀ ਹੈ, ਪੂਰੀ ਖੁੱਲ੍ਹੀ ਡੁੱਲੀ, ਗਲੀ ਦੇ ਬਾਹਰਲੀ ਸਾਈਡ ਆਪਾਂ ਆਰਾਮ ਨਾਲ ਗੱਡੀ ਲਾ ਸਕਦੇ ਹਾਂ ਜੀ, ਜੇ ਆਪਣੇ ਕੋਲ ਗੱਡੀ ਹੈਗੀ ਹੈ, ਆਮ ਖਾਸ ਅੱਜ ਕੱਲ੍ਹ ਸਾਰਿਆਂ ਕੋਲ ਗੱਡੀ ਹੁੰਦੀ ਹੈ ਜੀ। ਬਾਕੀ ਕੋਈ ਗੱਲ ਕਰਨੀ ਹੋਵੇ ਤੁਸੀਂ ਮਾਲਕ ਨਾਲ ਕਰ ਲਿਓ, ਸਾਰਾ ਕੁਛ ਤੁਹਾਨੂੰ ਮੈਂ ਦੱਸ ਹੀ ਦਿੱਤਾ। ਬਾਕੀ ਇਹਨਾਂ ਨੇ ਫੋਟੋਆਂ ਵੀ ਖਿੱਚ ਕੇ ਭੇਜੀਆਂ, ਵੀਡੀਓ ਵੀ ਵਧੀਆ ਬਣਾ ਕੇ ਭੇਜੀ ਹੈ। ਬਸ ਇੱਕ ਬੇਨਤੀ ਕਰਦਾ ਹੁੰਦਾ ਜੀ ਮੈਂ ਹਰ ਰੋਜ਼, ਜਦੋਂ ਤੁਸੀਂ ਕਿਸੇ ਵੀ ਕੋਠੀ ਦੀ, ਮਕਾਨ ਦੀ, ਘਰ ਦੀ ਜਦੋਂ ਆਪਣੇ ਕੋਲ ਐਡ ਵਾਸਤੇ ਵੀਡੀਓ ਜਾਂ ਭੇਜਦੇ ਹੋ, ਤਾਂ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਜੀ। ਅਤੇ ਜਿਹੜੀ ਵੀਡੀਓ ਬਣਾਉਂਦੇ ਹੋ, ਉਹ ਫੋਨ ਨੂੰ ਟੇਢਾ ਕਰਕੇ ਬਣਾਇਆ ਕਰੋ, ਜਿਵੇਂ ਕਿ ਇਹਨਾਂ ਨੇ ਤਾਂ ਫੋਨ ਨੂੰ ਸਿੱਧਾ ਰੱਖ ਕੇ ਬਣਾਈ ਹੋਈ ਹੈ ਵੀਡੀਓ। ਅਤੇ ਆਪਾਂ ਇੱਕ ਸਟਾਰਟਿੰਗ ਦੇ ਵਿੱਚ ਫੋਟੋ ਵੀ ਲਾਈ ਹੁੰਦੀ ਹੈ ਵੀ ਫੋਨ ਨੂੰ ਟੇਢਾ ਕਰਕੇ ਵੀਡੀਓ ਅਤੇ ਫੋਟੋਆਂ ਖਿੱਚਿਆ ਕਰੋ ਜੀ। ਬੇਨਤੀ ਵਾਲੀ ਗੱਲ ਹੈ, ਜਦੋਂ ਵੀ ਤੁਸੀਂ ਭੇਜਦੇ ਹੋ ਆਪਣੇ ਕੋਲ ਕੋਠੀ, ਮਕਾਨ, ਘਰ, ਵੀਡੀਓ ਫੋਨ ਨੂੰ ਟੇਢਾ ਕਰਕੇ ਹੀ ਹਮੇਸ਼ਾ ਬਣਾਇਆ ਕਰੋ ਜੀ। ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ। ਬਾਕੀ ਜਾਣਕਾਰੀ ਜਿਹੜੀ ਰਹਿੰਦੀ ਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਜੀ। ਆਪਣੇ ਕੋਲ ਜਿਹੜੀ ਆਹ ਕੋਠੀ ਪਹੁੰਚੀ ਆ, ਬਟਾਲੇ ਏਰੀਏ 'ਚੋਂ ਪਹੁੰਚੀ ਹੈ ਜੀ। ਬਟਾਲਾ ਖਾਸ ਇਹਨਾਂ ਦਾ ਏਰੀਆ, ਨੀਅਰ ਲੱਗਦਾ ਸੇਖਰੀ ਮਿਲਸ,
ਉੱਥੇ ਆਹ ਕੋਠੀ ਬਣੀ ਹੋਈ ਹੈ, 12.5 ਲੱਖ ਰੁਪਈਆ ਡਿਮਾਂਡ ਹੈ, ਠੀਕ ਹੈ ਜੀ। ਅਤੇ ਵਧੀਆ ਬਣੀ ਹੋਈ ਹੈ, ਸਾਰਾ ਕੁਛ ਵਧੀਆ, ਬਾਕੀ ਸਾਰਾ ਕੁਛ ਤੁਸੀਂ ਸਾਰਾ ਦੇਖ ਹੀ ਲਿਆ ਵੀਡੀਓ 'ਚ, ਇਹਨਾਂ ਨੇ ਵਧੀਆ ਤਰੀਕੇ ਨਾਲ ਸਾਰਾ ਕੁਛ ਦਿਖਾਈ ਦਿੱਤਾ। ਜਿਹੜੇ ਮਾਲਕ ਦੇ ਨੰਬਰ ਨੇ ਉਹ ਤੁਹਾਨੂੰ ਮੈਂ ਦੱਸ ਦਿੰਦਾ। ਨੰਬਰ ਪਹਿਲਾਂ ਨੋਟ ਕਰੋ, 95-699-65-429। ਪਹਿਲਾ ਨੰਬਰ ਤਾਂ ਹੈ, ਦੂਜਾ ਨੰਬਰ ਹੈ 79-734-81-368, ਅਤੇ ਤੀਜਾ ਨੰਬਰ ਹੈ 700-91-46-968। ਤਿੰਨੇ ਨੰਬਰ ਚੱਲਦੇ ਆ ਜੀ, ਕਿਸੇ ਵੀ ਨੰਬਰ 'ਤੇ ਫੋਨ ਤੁਸੀਂ ਲਗਾ ਸਕਦੇ ਹੋ, ਤੁਹਾਡੀ ਗੱਲ ਹੋ ਜੂਗੀ। ਜੇ ਗੱਲ ਕਿਸੇ ਨੇ ਕਰਨੀ ਆ ਤਾਂ ਤੁਸੀਂ ਸਿੱਧੀ ਮਾਲਕ ਨਾਲ ਗੱਲ ਕਰੋ, ਨੰਬਰ ਤੁਹਾਨੂੰ ਮਿਲ ਗਏ ਹੋਣਗੇ। ਅਤੇ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ। ਮੈਂ ਹਰ ਰੋਜ਼ ਕਹਿੰਦਾ ਹੁੰਦਾ, ਕਮੈਂਟ ਆਪਦਾ ਕੀਮਤੀ ਕਮੈਂਟ ਆ ਜਿਹੜਾ ਜ਼ਰੂਰ ਪਾਇਆ ਕਰੋ ਜੀ, ਕਿਉਂਕਿ ਮੈਂ ਕਮੈਂਟ ਪੜ੍ਹਦਾ ਹੁੰਦਾ, ਤੁਹਾਡੇ ਕਮੈਂਟ ਪੜ੍ਹ ਕੇ ਬਹੁਤ ਚੰਗਾ ਲੱਗਦਾ ਜੀ, ਵਧੀਆ ਹੌਂਸਲਾ ਜਿਹਾ ਹੁੰਦਾ ਰਹਿੰਦਾ। ਤੁਸੀਂ ਸਪੋਰਟ ਕਰਦੇ ਹੋ, ਪਿਆਰ ਦਿੰਦੇ ਹੋ, ਅਤੇ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਵੀ ਕਰ ਦਿਓ। ਅਤੇ ਜਿੰਨੇ ਤੁਸੀਂ ਆਏ ਹੋ ਜੀ ਪਹਿਲੀ ਵਾਰ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ, ਮੇਰੇ ਭਰਾ, ਜਿੰਨੇ ਤੁਸੀਂ ਪਹਿਲੀ ਵਾਰ ਚੈਨਲ 'ਤੇ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਇਓ ਜੀ। ਸਾਰੇ ਜਣੇ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ, ਅਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਅਤੇ ਜਿੰਨੇ ਤੁਸੀਂ ਕਮੈਂਟ ਪਾਉਂਦੇ ਹੋ, ਮੈਂ ਹਰ ਰੋਜ਼ ਪੜ੍ਹਦਾ ਹੁੰਦਾ ਅਤੇ ਤੁਹਾਨੂੰ ਪੜ੍ਹ ਕੇ ਦੱਸਦਾ ਵੀ ਹੁੰਦਾ ਜੀ, ਅਤੇ ਤੁਹਾਡੇ ਨਾਮ ਵੀ ਸਾਰੇ ਲਏ ਜਾਂਦੇ ਆ। ਅਤੇ ਅੱਜ ਜਿਹੜੇ ਕਮੈਂਟ ਆਪਣੇ ਕੋਲ ਪਹੁੰਚੇ ਹੋਏ ਆ, ਜਿਹੜੀ ਤੁਸੀਂ ਵੀਡੀਓ 'ਤੇ ਕੀਤੇ ਹੋਏ ਆ, ਸਾਰੇ ਆਪਾਂ ਪੜ੍ਹਾਂਗੇ। ਅਤੇ ਚੈਨਲ ਨੂੰ ਜਿੰਨੇ ਤੁਸੀਂ ਆਇਓ ਪਹਿਲੀ ਵਾਰ, ਅਤੇ ਪਹਿਲਾਂ ਤੋਂ ਵੀ ਤੁਸੀਂ ਆਇਓ ਚੈਨਲ 'ਤੇ ਪਰ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤਾਂ ਛੇਤੀ ਛੇਤੀ ਸਬਸਕ੍ਰਾਈਬ ਕਰੋ ਜੀ, ਕਿਉਂਕਿ ਆਪਾਂ ਕਮੈਂਟ ਪੜ੍ਹਦੇ ਹਾਂ, ਤੁਹਾਡੇ ਨਾਮ ਸਾਰੇ ਆਪਾਂ ਲੈਂਦੇ ਹਾਂ ਜੀ। ਜਿਹੜਾ ਪਹਿਲਾ ਕਮੈਂਟ ਆਪਣੇ ਕੋਲ ਪਹੁੰਚਿਆ ਤੁਹਾਨੂੰ ਮੈਂ ਦੱਸਦਾ ਜੀ, ਜਿਹੜਾ ਪਹਿਲਾ ਕਮੈਂਟ ਆਪਣੇ ਕੋਲ ਪਹੁੰਚਿਆ, ਇਹਨਾਂ ਦਾ ਨਾਮ ਹੈ ਰੋਸ਼ਨ ਲਾਲ। ਇਹਨਾਂ ਨੇ ਕਿਹਾ, ਅੰਮ੍ਰਿਤਸਰ 'ਚ ਦਿਖਾਓ। ਅੰਮ੍ਰਿਤਸਰ ਤੋਂ ਆਪਾਂ ਕੋਠੀ ਜਲਦੀ ਲੈ ਕੇ ਪਹੁੰਚਦੇ ਹਾਂ, ਕਈ ਆਪਣੇ ਕੋਲ ਕੋਠੀਆਂ ਆਈਆਂ ਪਈਆਂ ਅਤੇ ਕਈਆਂ ਦੀ ਗੱਲ ਚੱਲ ਰਹੀ ਹੈ ਜੀ, ਅਤੇ ਜਲਦੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ। ਰਾਣੀ ਅਰੋੜਾ ਮੇਰੀ ਭੈਣ ਨੇ, ਇਹਨਾਂ ਨੇ ਕਿਹਾ ਵੈਰੀ ਗੁੱਡ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਅਤੇ ਅਗਲਾ ਕਮੈਂਟ ਆਪਣੇ ਕੋਲ ਜਿਹੜਾ ਪਹੁੰਚਿਆ, ਇਹਨਾਂ ਦਾ ਨਾਮ ਹੈ ਸ਼ੁਭਨੀਤ। ਇਹਨਾਂ ਨੇ ਕਿਹਾ, ਰੇਟ ਕਿੰਨਾ? ਆ ਜਿਹੜੀ ਕੋਠੀ 'ਤੇ ਤੁਸੀਂ ਕਮੈਂਟ ਪਾਇਆ ਹੋਇਆ ਜੀ, ਉਹਦੇ ਵਿੱਚ ਦੱਸਿਆ ਹੋਇਆ ਰੇਟ ਕਿੰਨਾ, ਤੁਸੀਂ ਵੀਡੀਓ ਨੂੰ ਚੈੱਕ ਕਰੋ ਜੀ, ਅੱਗੇ ਤੁਹਾਨੂੰ ਰੇਟ ਵੀ ਮਿਲ ਜੂਗਾ, ਮਾਲਕ ਦਾ ਨੰਬਰ ਵੀ ਮਿਲ ਜੂਗਾ, ਸਾਰਾ ਕੁਛ ਟੋਟਲ ਹੀ ਤੁਹਾਨੂੰ ਮਿਲ ਜੂਗਾ ਜੀ। ਅਤੇ ਅਗਲਾ ਕਮੈਂਟ ਜਿਹੜਾ ਆਪਣੇ ਕੋਲ ਪਹੁੰਚਿਆ, ਅਵਤਾਰ ਸਿੰਘ ਇਹਨਾਂ ਦਾ ਨਾਮ ਹੈ, ਇਹਨਾਂ ਨੇ ਫਰੀਦਕੋਟ ਏਰੀਏ 'ਚੋਂ ਮੰਗ ਪਾਈ ਹੈ ਕੋਠੀ ਦੀ। ਅਤੇ ਅਵਤਾਰ ਸਿੰਘ ਜੀ, ਤੁਸੀਂ ਆਪਦਾ ਟਾਈਮ ਕੱਢ ਕੇ ਵੀਡੀਓ ਦੇਖੀ ਅਤੇ ਟਾਈਮ ਕੱਢ ਕੇ ਕਮੈਂਟ ਵੀ ਕੀਤਾ, ਬਹੁਤ ਚੰਗਾ ਲੱਗਿਆ ਜੀ, ਅਤੇ ਤੁਸੀਂ ਮੰਗ ਪਾਈ ਆ ਫਰੀਦਕੋਟ ਤੋਂ, ਅਤੇ ਟੈਨਸ਼ਨ ਨਾ ਲਓ ਜੀ, ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ। ਬਸ ਤੁਸੀਂ ਮੈਨੂੰ ਇੰਨਾ ਦੱਸ ਦਿਓ ਵੀ ਕਿੰਨੇ ਕੁ ਰੇਟ ਤੱਕ ਆਪਾਂ ਲੈ ਕੇ ਪਹੁੰਚੀਏ, ਕੋਠੀ ਚਾਹੀਦੀ ਹੈ ਜਾਂ ਮਕਾਨ ਚਾਹੀਦਾ। ਸੈਨੀ ਕਰਨੇਲ ਸਿੰਘ ਇਹਨਾਂ ਦਾ ਨਾਮ ਹੈ ਜੀ, ਅਗਲਾ ਕਮੈਂਟ ਹੈ, ਇਹਨਾਂ ਨੇ ਕਿਹਾ ਕਿੱਥੇ ਹੈ? ਜਿਹੜੀ ਵੀਡੀਓ 'ਤੇ ਤੁਸੀਂ ਕਮੈਂਟ ਪਾਇਆ ਜੀ, ਉਹਦੇ ਵਿੱਚ ਲਿਖਿਆ ਹੋਇਆ ਜੀ, ਅਤੇ ਤੁਹਾਨੂੰ ਮੈਂ ਸਾਰਿਆਂ ਨੂੰ ਦੱਸ ਦਿੰਦਾ ਜੀ, ਜਿੰਨੀਆਂ ਆਪਾਂ ਵੀਡੀਓ ਪਾਉਂਦੇ ਹਾਂ ਜੀ ਵਿੱਚ ਲੋਕੇਸ਼ਨ ਆਪਾਂ ਦੱਸਦੇ ਹੁੰਦੇ ਹਾਂ, ਲੋਕੇਸ਼ਨ ਵੀ ਦੱਸੀ ਹੁੰਦੀ ਹੈ, ਅਤੇ ਮਾਲਕ ਦਾ ਨੰਬਰ ਸਿੱਧਾ ਆਪਾਂ ਦੇ ਦਿੰਦੇ ਹਾਂ ਜੀ, ਵਿੱਚ ਲਿਖਿਆ ਹੁੰਦਾ ਅਤੇ ਐਡਰੈਸ ਵੀ ਲਿਖਿਆ ਹੁੰਦਾ। ਤੁਸੀਂ ਸਿੱਧੀ ਮਾਲਕ ਨਾਲ ਗੱਲ ਕਰਿਆ ਕਰੋ ਜੀ, ਜਿਹੜਾ ਉੱਪਰ ਹਮੇਸ਼ਾ ਨੰਬਰ ਚੱਲਦਾ ਰਹਿੰਦਾ ਜੀ, 7380-6173। ਆਹ ਨੰਬਰ ਸਿਰਫ ਐਡ ਕਰਾਉਣ ਵਾਸਤੇ ਹੈ ਜੀ, ਆਹ ਕਿਸੇ ਕੋਠੀ ਦੇ ਮਾਲਕ ਦਾ ਨੰਬਰ ਨਹੀਂ ਹੈਗਾ, ਸਿਰਫ ਚੈਨਲ ਦਾ ਨੰਬਰ ਹੈ ਜੀ, ਠੀਕ ਹੈ ਜੀ। ਜੇ ਤੁਸੀਂ ਐਡ ਕਰਵਾਉਣੀ ਹੈ ਤਾਂ ਆਪਣਾ ਵਟਸਐਪ ਨੰਬਰ ਆ ਹੀ 7380-6173।
ਜੇ ਤੁਹਾਡੇ ਕੋਲ ਕੋਠੀ ਆ, ਮਕਾਨ ਆ, ਘਰ ਹੈ, ਤੁਸੀਂ ਵੇਚਣਾ ਜੇ ਚਾਹੁੰਦੇ ਹੋ, ਆਪਣੇ ਕੋਲ ਭੇਜ ਕੇ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ। ਬਸ ਆਪਣੇ ਕੋਲ ਇੱਕ ਤਾਂ ਵੀਡੀਓ ਵਧੀਆ ਬਣਾ ਕੇ ਭੇਜ ਦਿਓ ਅਤੇ ਵਧੀਆ ਜਾਣਕਾਰੀ ਅਤੇ ਫੋਟੋਆਂ, ਬਸ ਆਹ ਕੁਝ ਆਪਣੇ ਕੋਲ ਭੇਜ ਦਿਓ, ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦਾਂਗੇ ਜੀ। ਅਤੇ ਬਸ ਅੱਜ ਲਈ ਇੰਨੇ ਜੀ, ਬਾਕੀ ਦੇ ਕਮੈਂਟ ਆਪਾਂ ਕੱਲ੍ਹ ਨੂੰ ਪੜਾਂਗੇ, ਜ਼ਿਆਦਾ ਲੰਮੀ ਵੀਡੀਓ ਹੋ ਜੂਗੀ। ਅਤੇ ਕਮੈਂਟ ਤੁਹਾਨੂੰ ਕਿਵੇਂ ਦੇ ਲੱਗੇ, ਵੀਡੀਓ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ, ਠੀਕ ਆ ਜੀ। ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਉ ਅਤੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਜਿਹਨੇ ਵੀ ਨਹੀਂ ਕੀਤਾ ਕਰ ਦਿਉ ਜੀ।